ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜ ਮੈਂ ਆਪਕੋ ਸ਼੍ਰੀ ਗੁਰੂ ਨਾਨਕ ਦੇਵ ਜੀ ਕੇ ਉਪਦੇਸ਼ੋ ਕੇ ਬਾਰੇ ਮੈਂ ਬਤਾਉਂਗੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਮੇਂ ਭ੍ਰਮਣ ਕਰਕੇ ਕਈ ਭੇਦਭਾਵ, ਊਂਚ ਨੀਚ, ਅੰਧਵਿਸ਼ਵਾਸ ਜੈਸੀ ਕੁਰੀਤਿਓ ਕੇ ਖਿਲਾਫ ਸ਼ਾਂਤੀਪੂਰਵਕ ਖੰਡਨ ਕਰ ਉਨਕਾ ਸਮਾਧਾਨ ਕੀਆ ਥਾ। ਉਨ੍ਹੋਨੇ ਲੋਗੋ ਕੋ ਆਪਸ ਮੇਂ ਮਿਲਜੁਲ ਕੇ ਰਹਿਨੇ ਏਵਮ ਧਾਰਮਿਕ ਕੱਟੜਤਾ ਨਾ ਫੈਲਾਨੇ ਕਾ ਉਪਦੇਸ਼ ਦਿਆ ਥਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਭਾਤਕਾਲ ਕੋ ਬਹੁਤ ਮਹੱਤਵ ਦਿਆ ਥਾ। ਉਨਕਾ ਮਾਨਨਾ ਥਾ ਕਿ ਇਨਸਾਨ ਕਾ ਜੀਵਨ ਤਭੀ ਸਫਲ ਹੋ ਸਕਤਾ ਹੈ ਜਬ ਵੋ ਸੁਬਹਾ ਪ੍ਰਭਾਤ ਵੇਲੇ ਉੱਠ ਕਰ ਸਨਾਨ ਕਰ ਭਗਵਾਨ ਕਾ ਨਾਮ ਜਪੇ ਔਰ ਅੱਛੀ ਸੰਗਤੀ ਮੇਂ ਰਹੇ। ਸਾਥ ਹੀ ਸਾਥ ਮਿਲ ਬਾਟ ਕਰ ਖਾਨੇ, ਕੀਰਤ ਕਰਨੇ, ਕਰਮ ਕਰਨੇ ਕੋ ਜ਼ਿੰਦਗੀ ਕਾ ਅਹਿਮ ਹਿੱਸਾ ਬਤਾਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚ ਕੋ ਬਹੁਤ ਊਚਾ ਮਾਨਤੇ ਥੇ ਔਰ ਸੱਚਾ ਜੀਵਨ ਉਸਸੇ ਭੀ ਊਚਾ ਮਾਨਤੇ ਥੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਸ਼ਾ ਕਰਨਾ, ਜੀਵ ਹੱਤਿਆ ਕਰਨਾ, ਸ਼ਰਾਬ ਪੀਣਾ ਏਵਮ ਤੰਬਾਕੂ ਜੈਸੀ ਬੁਰੀ ਆਦਤੋਂ ਕਾ ਖੰਡਨ ਕੀਆ। ਸ਼੍ਰੀ ਗੁਰੂ ਨਾਨਕ ਦੇਵ ਜੀ ਜ਼ਿਆਦਾ ਖਾਣਾ, ਜ਼ਿਆਦਾ ਸੋਨਾ ਏਵਮ ਜ਼ਿਆਦਾ ਬੋਲਣਾ ਗਲਤ ਮਾਨਤੇ ਥੇ। ਉਨਕਾ ਮਾਨਨਾ ਥਾ ਕਿ ਇਨਸਾਨ ਪਾਰਿਵਾਰਿਕ ਜੀਵਨ ਵਿਅਤੀਤ ਕਰਤੇ ਹੋਏ ਵੀ ਭਗਵਾਨ ਕੋ ਪਾ ਸਕਤਾ ਹੈ, ਨਾ ਕਿ ਆਪਣੇ ਪਰਿਵਾਰ ਕੋ ਤਿਆਗ ਕਰ ਜੰਗਲੋਂ ਮੇਂ ਸਮਾਧੀ ਕਰ ਆਪਣੇ ਸਰੀਰ ਕੋ ਕਸ਼ਟ ਪਹੁੰਚਾਏ। ਸ਼੍ਰੀ ਗੁਰੂ ਨਾਨਕ ਦੇਵ ਜੀ ਮਾਨਤੇ ਥੇ ਕਿ ਸਰੀਰ ਭਗਵਾਨ ਕੀ ਦੇਨ ਹੈ। ਉਨ੍ਹੋਨੇ ਆਪਣੇ ਬੜੋ ਕੀ ਇੱਜ਼ਤ ਕਰਨਾ, ਮੀਠਾ ਬੋਲਣਾ ਔਰ ਵਿਨਮ੍ਰਤਾ ਸੇ ਰਹਿਣੇ ਕਾ ਉਪਦੇਸ਼ ਦਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਕਾ ਕਹਿਣਾ ਥਾ ਕਿ ਇਨਸਾਨ ਕਿਤਨੇ ਵੀ ਝੂਠ ਬੋਲ ਲੇ ਜਾਂ ਪਾਪ ਕਰ ਲੇ, ਉਸਕੀ ਸਜ਼ਾ ਉਸਕੋ ਇਸੀ ਜੀਵਨ ਕਾਲ ਮੇਂ ਮਿਲੇਗੀ। ਵੇ ਦੁਨੀਆ ਕੇ ਪਹਿਲੇ ਐਸੇ ਮਹਾਪੁਰਸ਼ ਥੇ ਜਿਨ੍ਹੋਨੇ ਔਰਤ ਜਾਤ ਕੋ ਊਚਾ ਦਰਜਾ ਦਿਆ ਔਰ ਇਨ ਸ਼ਬਦੋਂ ਕਾ ਉਚਾਰਨ ਕੀਆ। ਸੋ ਕੋ ਮੰਦਾ ਆਖੀਏ ਜਿਨ ਜੰਮੇ ਰਾਜਾ। ਇਸਕਾ ਮਤਲਬ ਹੈ ਹਮ ਉਸ ਔਰਤ ਜਾਤ ਕੋ ਕੈਸੇ ਬੁਰਾ ਕਹਿ ਸਕਤੇ ਹੈ ਜਿਸਨੇ ਬੜੇ ਬੜੇ ਰਾਜਾਓਂ, ਮਹਾਪੁਰਸ਼ੋਂ ਏਵਮ ਫਕੀਰੋ ਕੋ ਜਨਮ ਦਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਪੂਰਾ ਜੀਵਨ ਸਮਾਜਿਕ ਕੁਰੀਤਿਓ ਕੇ ਖਿਲਾਫ ਲੜਨੇ ਮੇਂ ਵਿਅਤੀਤ ਕੀਆ ਏਵਮ ਧਾਰਮਿਕ ਏਕਤਾ ਕੋ ਔਰ ਮਿਲਜੁਲ ਕਰ ਰਹਿਣੇ ਕੋ ਔਰ ਸੱਚੇ ਭਗਵਾਨ ਕੋ ਮਾਨਨੇ ਕੋ ਜਿਸਕਾ ਨਾ ਕੋਈ ਆਕਾਰ ਹੈ ਨਾ ਜਿਸਨੇ ਕਭੀ ਜਨਮ ਲਿਆ ਹੈ ਮਾਨਨੇ ਕਾ ਉਪਦੇਸ਼ ਦਿਆ। ਤੋ ਯੇ ਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਕੇ ਉਪਦੇਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।